ਜਗਜੀਤ ਦੋ ਅਸੀਂ ਜਾਣੇ ਆ ਸਬਜ਼ੀ ਖਾਣ ਵਾਲੇ ਅਤੇ ਥੋੜ੍ਹਾ ਜਿਹਾ ਹੱਥ ਤੂੰ ਵੀ ਘੁੱਟ ਕੇ ਰੱਖਿਆ ਕਰ, ਇੰਨੀ ਸਬਜ਼ੀ ਇੰਨੀ ਆਲੂ ਚੀਰ ਲਏ। ਨਹੀਂ ਕੁੜੀ ਮੇਰੀ ਆਉਂਦੀ ਆ, ਮੰਮਾ ਆਲੂ ਘੱਟ ਪਾਈ ਗੋਭੀ ਜ਼ਿਆਦਾ ਰੱਖੀ, ਅਤੇ ਮੁੰਡਾ ਆਉਂਦਾ ਵਾ ਵੀ ਮੰਮਾ ਆਲੂਆਂ ਦੀ ਸਬਜ਼ੀ ਬਣਾਈ, ਉਹਦੇ ਵਾਸਤੇ ਵੀ ਆਲੂ ਕੱਟੇ ਆ ਵੱਖਰੇ। ਐਡੇ ਭੂਏ ਨਹੀਂ ਚੜ੍ਹਾਈ ਦੇ ਹੋਈ ਦੇ, ਇੱਕ ਸਬਜ਼ੀ ਨਾਲ ਗੁਜ਼ਾਰਾ ਕਰਿਆ ਕਰੋ, ਖਰਚੇ ਬਹੁਤ ਵੱਧ ਗਏ ਅੱਗੇ ਨਾਲੋਂ। ਅਤੇ ਨਿਆਣਿਆਂ ਵਾਸਤੇ ਕਮਾਈ ਦਾ, ਜੇ ਨਿਆਣਿਆਂ ਨੂੰ ਨਹੀਂ ਚੱਜ ਦਾ ਖਾਣ ਦੇਣਾ ਤਾਂ ਕੀ ਫਾਇਦਾ ਇਹੋ ਜਿਹੀ ਕਮਾਈ ਦਾ, ਅਤੇ ਨਾਲੇ ਨਿਆਣੇ ਭੁੱਖ ਭੁੱਖ ਕਰਨਗੇ ਬਾਹਰ, ਸ਼ੋਧ ਪੁਣਾ ਵਿਖਾ ਲੈਣਗੇ। ਕਿਤੇ ਨਹੀਂ ਸ਼ੋਧ ਪੁਣਾ ਵਿਖਾਲਦੇ, ਜਿਹੜੀ ਚੀਜ਼ ਬਣੀ ਇੱਕ ਬਣਾ ਲਾ ਹਾਂ ਅਤੇ ਦੂਜੀ ਦੂਜੇ ਦਿਨ ਬਣਾ ਦਿੰਦਾ ਬੰਦਾ। ਬਸ ਕਰਿਆ ਕਰੋ, ਤੁਸੀਂ ਤਾਂ ਆਪ ਹੀ ਨਜ਼ਰ ਲਾ ਦਿੱਤੀ ਆ। ਉਹ ਚੰਗਾ ਬਾਬਾ, ਕਿੱਥੇ ਨਿਆਣੇ ਪੜ੍ਹਾਤੇ ਆ ਹੁਣ? ਆਹੋ ਪੜ੍ਹਾਤੇ ਆ, ਬੜੇ ਵਧੀਆ ਨੰਬਰ ਆਏ ਆ ਇੱਦਾਂ ਦੇ। ਕੱਲ੍ਹ ਟੈਸਟ ਹੋਏ ਸੀ ਨਾ, ਆਹੋ ਬੜੇ ਵਧੀਆ ਨੰਬਰ ਆਏ ਆ। ਠੀਕ ਆ, ਉਹਨਾਂ ਦੇ ਨੰਬਰ ਬੜੇ ਵਧੀਆ ਆਏ ਆ। ਆਹ ਪੰਜਾਬੀ 'ਚ ਸਾਰੀ ਮੁੰਡੇ ਨੇ ਗਲਤ ਲਿਖੀ ਆ, ਆਹ ਪੰਜਾਂ 'ਚੋਂ ਇੱਕ ਨੰਬਰ ਆਇਆ ਸੀ, ਵਾਹ ਵੇਖ ਲਾ। ਅਤੇ ਫਿਰ ਕੀ ਹੋ ਗਿਆ, ਕਦੀ ਕਦੀ ਵਾਧਾ ਘਾਟਾ ਹੋ ਹੀ ਜਾਂਦਾ ਵਾ ਨਾ। ਕਦੀ ਕਦੀ ਪਹਿਲਾਂ ਤੂੰ ਰੌਲਾ ਪਾਇਆ ਹੁੰਦਾ ਕਿ ਅੱਡ ਕਰ ਦਿਉ, ਫਿਰ ਨਿਆਣੇ ਪੜ੍ਹਾਉਂਗੀ, ਇੱਦਾਂ ਪੜ੍ਹਾਏ ਨਹੀਂ ਜਾਂਦੇ, ਕੰਮ ਨਹੀਂ ਮੁੱਕਦਾ, ਹੁਣ ਕਿੰਨਾ ਕੁ ਕੰਮ ਵਾ ਕਿਤੇ? ਕੰਮ ਤਾਂ ਕਿੰਨਾ ਹੀ ਆ, ਉੱਦਾਂ ਘਰ ਹੀ ਘਰ ਤਾਂ ਇਕੱਠਾ ਹੀ ਆ ਨਾ। ਸੁਣਦਾ ਵਾ, ਮੈਂ 2 ਸਾਲ ਹੋ ਗਏ ਅੱਡ ਹੋਇਆ ਨੂੰ, ਅਜੇ ਵੀ ਰੋਂਦੇ ਵੇ, ਅਜੇ ਵੀ ਕਹਿੰਦੇ ਕੰਮ ਜ਼ਿਆਦਾ ਪੈਂਦਾ। ਮੈਂ ਨਹੀਂ ਸੁਣਿਆ, ਮੇਰੇ ਤੇ ਮੂੰਹ ਸੁੱਜ ਗਿਆ ਸਾਰਾ, ਇੰਨੀ ਭੀੜ ਹੋਣ ਡਈ। ਨਹੀਂ ਨਹੀਂ, ਕਿੰਨਾ ਕੁ ਜੋੜ ਲਿਆ ਇਹਨਾਂ ਨੇ ਅੱਡ ਹੋ ਗਿਆ ਸਾਡੇ ਤੋਂ, ਮੂੰਹ ਤੇ ਵਾਹਵਾ ਸੁੱਜ ਗਿਆ ਉਹਦੇ। ਆਹੋ ਦਵਾਈ ਲਿਆ ਕੇ ਦਿਓ ਮੈਨੂੰ। ਦਵਾਈ ਤਾਂ ਮੈਂ ਲਿਆ ਦਾਂ ਤੈਨੂੰ, ਪੈਸਾ ਵੀ ਕੋਈ ਨਹੀਂ ਗਾ, ਦਵਾਈ ਵਾਸਤੇ ਪੈਸੇ ਹੈਨੀ ਆ। ਉਹ ਜਿਹੜੇ ਜਮ੍ਹਾਂ ਕਰਾਏ ਉਹੀ ਆ, ਮੁੜ ਕੇ ਹੁਣ ਘਰ ਕੋਲ ਹੈਨੀ ਗਾ ਨਾ, ਹੁਣ ਆਏ ਹੋਏ ਕਿਹੜੇ ਬੈਂਕ ਖੋਲ੍ਹਣੀ ਆ। ਆਪਣਾ ਠੇਕਾ ਲੈ ਲਿਆ ਹੁਣ ਸਾਡੇ ਕੋਲ ਕੀ ਭਾਲਦੇ? ਕੋਈ ਗੱਲ ਨੀ, ਕੋਈ ਨੀ ਕਹਿਣ ਲੱਗੇ, ਉਹ ਚੱਲ ਕੋਈ ਨੀ, ਆਧਾਰੇ ਲੈਣੇ ਓਦਾਂ ਦੇ, ਚਲੋ ਖਰੇ ਨਾ ਹੀ ਆਖੇ ਮੈਂ ਲਿਆ ਦਿੰਦਾ। ਨਿਆਣਿਆਂ ਦਾ ਦਾਖਲਾ ਵੀ ਲੱਗਣਾ ਜੇ, ਫਿਕਰ ਹੈਗਾ ਕੋਈ? ਸਭ ਫਿਕਰ ਆ ਮੈਨੂੰ। ਕਿੰਨਾ ਖਰਚਾ ਪਤਾ ਤੁਹਾਨੂੰ? ਲੈ ਅਰਕਾ ਵਧਿਆ ਹੀ ਆ, ਘਟਿਆ ਨਹੀਂ। ਪਤਾ ਵਾ ਮੈਨੂੰ ਸਾਰਾ, 35,000 ਰੁਪਏ ਲੱਗ ਜਾਣਾ ਵਾ ਵਿੱਚੇ, ਫੀਸਾਂ ਵਰਦੀਆਂ ਦਾਖਲਾ ਸਾਰਾ ਕੁਝ, ਕਿਤਾਬਾਂ ਕਤੂਬਾਂ ਪਾ ਕੇ। ਮੁੜ ਕੇ ਹੋਰ ਲਟਰਮ ਪਟਰਮ ਕਿੰਨਾ ਕੋਣ ਨਿਕਲ ਆਉਂਦਾ, ਉਹ ਤਾਂ ਸਾਰਾ ਸਾਲ ਹੀ ਚੱਲਦਾ ਰਹਿਣਾ ਕੰਮ। ਹਜੇ ਫਸਲ ਵੀ ਬਾਹਰ ਪਈ ਆ, ਜਾ ਕੇ ਤਾਂ ਆੜਤੀਏ ਕੋਲ ਲੈ ਆਓ, ਮੇਲੇ ਸਿਰ ਕਰਾ ਦਾਂਗੇ ਦਾਖਲਾ, ਅਤੇ ਨਿਆਣਿਆਂ ਨੂੰ ਖੜੇ ਨਹੀਂ ਕਰਦੇ ਮੁੜ ਕੇ, ਨਹੀਂ ਤਾਂ ਨਿਆਣਿਆਂ ਨੂੰ ਖਿਲਾਰ ਛੱਡਦੇ ਸਕੂਲੇ। ਉਹ ਮੈਨੂੰ ਸਾਰਾ ਪਤਾ ਵਾ, ਮੈਂ ਆਰਤੀ ਕੋਈ ਨਹੀਂ ਲਾਉਣੀ, ਮੈਂ ਰੱਖੇ ਆ ਨਿਆਣੇ ਜੋਗੇ ਵੱਖਰੇ। ਨਾਲੇ ਵੇਲੇ ਸਰ ਸਕੂਲੇ ਜਾਣਗੇ ਤਾਂ ਰੋਲ ਨੰਬਰ ਅਗਲਿਆਂ ਦਾ ਪਹਿਲਾਂ ਆ ਜਾਊਗਾ। ਮੁਰਗਾ ਨਿਆਣੇ ਨੂੰ ਬੇਇੱਜ਼ਤੀ ਪਤਾ ਕਿੰਨੀ ਕਰਦੇ, ਉਸ ਨਾਲ ਹੀ ਮਾਂ ਪਿਓ ਦੀ। ਆਹੋ, ਤੂੰ ਉਹਨਾਂ ਚਿੰਤਾ ਕਰ, ਇਹ ਹੈ ਕਿ ਤੂੰ ਥੋੜ੍ਹਾ ਜਿਹਾ ਆਪਣਾ ਹੱਥ ਘੁੱਟ ਕੇ ਰੱਖਿਆ ਕਰ, ਖਰਚਾ ਹਿਸਾਬ ਨਾਲ ਕਰਿਆ ਕਰੋ ਬਸ। ਕਿਹੜਾ ਮੈਂ ਖਰਚਾ ਕਰਦੀ ਹਾਂ, ਮੈਂ ਕਿਹੜਾ ਰੋਜ਼ ਨਿੱਤ ਸੂਟ ਬਣਾਉਂਦੀ ਹਾਂ, ਖਰਚਾ ਘੁੱਟਿਆ ਹੀ ਆ। ਹੁਣ ਜਿੱਥੇ ਜਾਣਾ ਪੈਂਦਾ ਉੱਥੇ ਜਾਣਾ ਵੀ ਪੈਂਦਾ, ਲੀੜੇ ਵੀ ਬਣਾਉਣੇ ਪੈਂਦੇ, ਨਿਆਣਿਆਂ ਨੂੰ ਸਾਰਾ ਕੁਝ ਲੈ ਕੇ ਦੇਣਾ ਪੈਂਦਾ ਵਾ। ਤਾਂ ਤਾਂ ਨਿਆਣੇ ਨੇ ਥੋੜ੍ਹੇ ਘੱਟ ਬਣਾ, ਨਿਆਣੇ ਤਾਂ ਹੁਣ ਸਾਲ ਦੇ ਸਾਲ 6 ਮਹੀਨੇ ਵੱਧਦੇ ਆ, ਮੁੜ ਕੇ ਪੁਰਾਣੇ ਕੱਪੜੇ ਇੱਕ ਵਾਰੀ ਪੈਂਦੇ ਆ, ਉਹ ਮਤਲਬ ਤੁਸੀਂ ਝੋਲੇ ਪਾ ਲੁਕਾਉਣ ਦੇਈ ਜਾਂਦੇ ਜੀ। ਤੁਹਾਡਾ ਤਾਂ ਇਹੋ ਹਾਲ ਰਹਿਣਾ, ਜਦੋਂ ਇਕੱਠੇ ਸੀ ਨਾ ਉਦੋਂ ਵੀ ਤੁਹਾਡਾ ਆਹੋ ਗੱਲਾਂ ਸੀ, ਅਤੇ ਹੁਣ ਵੀ ਤੁਹਾਡੀਆਂ ਇਹੋ ਗੱਲਾਂ, ਜੇ ਹੁਣ ਨਹੀਂ ਐਸ਼ ਕਰਨੀ ਤਾਂ ਕਦੋਂ ਕਰਨੀ ਆ ਦੱਸ? ਉਹ ਸਾਡੇ ਮਾਈ ਪਿਓ ਨੇ ਐਸ਼ ਕੀਤੀ ਨਾ, ਵੇਖ ਲਾ ਨੁੱਕਰੇ ਲੱਗ ਕੇ ਬੈਠੇ ਕਿ ਨਹੀਂ। ਐਸ਼ ਕਰਨੀ ਆ ਜਿਹੜੀ, ਤੂੰ ਐਸ਼ ਉਦੋਂ ਹੀ ਹੁੰਦੀ ਜੋ ਨਿਆਣੇ ਕਿਤੇ ਸੈੱਟ ਹੋਏ ਹੋਣ। ਇੱਦਾਂ ਹੀ ਬਸ, ਘਰ ਦੀਆਂ ਜ਼ਿੰਮੇਵਾਰੀਆਂ ਲੈ ਮਾਰ ਚੱਲੀਆਂ ਸਾਨੂੰ ਤਾਂ ਸੱਚੀ। ਪਹਿਲਾਂ ਵੀ ਨਹੀਂ ਤੂੰ ਨਾ ਮੰਗੀ ਸੂਟ, ਉਹਨੇ ਵੀ ਫਿਰ ਕਹਿਣ ਡੈ ਪੈਣਾ ਵਾ,
ਹੁਣ ਵੀ ਓਹੀ ਗੱਲਾਂ ਤੁਹਾਡੀਆਂ। ਤੇ ਤੁਹਾਡਾ ਬਣਾਇਆ ਸੀ, ਵਿਗਾੜਿਆ ਤੇ ਨਹੀਂ ਕੁਛ, ਨਹੀਂ ਹੈ ਨਾ ਉਹਦੇ ਹੱਲ। ਉਦੋਂ ਸੂਟ ਬਣਾਉਣੇ ਸੀ ਹਰਜੀ, ਮਗਰ ਲਗਾ ਸੀ ਲੋਕਾਂ ਦੇ, ਤੇ ਖੋਲਿਆ ਮੁਰਗੀ ਖਾਣਾ ਲੱਗ ਗਿਆ ਥੱਲੇ, ਸੌਖਾ ਨੀ ਗਾ। 30 ਲੱਖ ਰੁਪਇਆ ਚਾਹੀਦਾ ਵਾ, ਆ ਚੰਗਾ ਭਲਾ ਬਣਿਆ ਵਾ, ਕੀ ਹੋਇਆ ਇਹਨੂੰ ਮੈਨੂੰ ਨੀ ਪਤਾ। ਤੇ ਜੇ ਨਵੇਂ ਘਰ ਵੀ ਬਣਾਏ ਰਹਿਣਾ ਤੇ ਇੱਕ ਕਮਰੇ 'ਚ ਹੀ ਆ, ਤੇ ਇੱਕ ਕਮਰੇ 'ਚ ਰਹੂੰਗੀ, ਦੂਜੇ ਕਮਰੇ 'ਚ ਸਫਾਈ ਤੇ ਰਹੂਗੀ। ਹੁਣ ਉਹਨਾਂ ਦੇ ਨਿਆਣੇ ਵੀ ਉੱਥੇ ਆਣ ਆਣ ਕੇ ਭੁੜਕਦੇ ਰਹਿੰਦੇ, ਉੱਥੇ ਸਬਜ਼ੀ ਖਿਲਾਰੀ ਹੁੰਦੀ, ਉੱਥੇ ਰੋਟੀਆਂ ਖਿਲਾਰੀਆਂ ਹੁੰਦੀਆਂ, ਮੇਰੇ ਕੋਲ ਨੀ ਇੰਨਾ ਕੰਮ ਹੁੰਦਾ ਹੈਗਾ। ਕੁਛ ਨੀ ਹੁੰਦਾ, ਰੱਬ ਰੱਬ ਕਰਿਆ ਕਰ ਤੇ ਆਪਣਾ ਕੰਮ ਕਰ, ਮੈਂ ਬਾਹਰੋਂ ਡੰਗਰਾਂ ਦਾ ਵੇਖਾਂ ਜਾ ਕੇ। ਬੜਾ ਇਹ ਬੜੀ ਵੱਡੀ ਗੱਲ ਵੀ ਅੱਡ ਕਰਦਾ ਅੱਡ ਵੀ ਗੋਲੀ ਫੀਨਿਕ ਪਲੱਸ ਦੀ, ਨਾਲੇ ਤੇ ਉਹਨੇ ਜਿਹੜੀ ਪੀੜ ਹਟਾ ਦੇਣੀ ਆ, ਨਾਲੇ ਉਹਨੇ ਰੇਸ਼ਾ ਸਕਾ ਦੇਣਾ ਵਾ। ਦਵਾਈਆਂ ਨੇ ਬਹੁਤ ਖਾ ਲਈਆਂ ਵਾ ਤੇ ਨਹੀਂ ਕੋਈ ਫਰਕ ਪਿਆ, ਤੇ ਮੈਂ ਕਿਹਾ ਚੱਲ ਮੈਂ ਡਾਕਟਰ ਕੋਲ ਲੈ ਕੇ ਜਾਣਾ। ਇਹ ਮੈਂ ਆਂਦੀ ਮੈਨੂੰ ਡਾਕਟਰ ਕੋਲ ਲੈ ਜਾ, ਮੇਰੇ ਕੋਲ ਪੈਸਾ ਕੋਲ ਕੋਈ ਨਹੀਂ ਗਾ। ਪੈਸੇ ਤੁਹਾਡੀ ਮੇਰੇ ਕੋਲ ਵੀ ਹੈ ਨਹੀਂ, ਮੈਂ ਤੁਹਾਨੂੰ ਸੱਚ ਦੱਸਾਂ ਦੀ, ਹੱਥ ਮੇਰਾ ਬੜਾ ਤੰਗ ਹੀ ਹੈ। ਉਹ ਤਾਂ ਮੈਂ ਦੇ ਹੀ ਦੇਣੇ ਆ, ਆਧਾਰੇ ਲੈਣੇ ਤੇਰੇ ਕੋਲ। ਡੈਡੀ ਮੈਂ ਕਿਹੜਾ ਝੂਠ ਬੋਲਣੇ, ਆਹ ਵੇਖ ਲਓ, ਆਹ ਯੂ ਹਾਲ ਹਾਲ, ਆਹ ਵੇਖ ਲੈ, ਮੈਂ ਉਲਾ ਰੱਖਾ ਤੁਹਾਡੇ ਕੋਲ ਗੱਲ ਦਾ। ਇੰਨੀਆਂ ਫੜਾ ਉੱਥੇ ਮਾਰ ਲਿਆ ਵਾ, ਸਾਨੂੰ ਗੀਹੇ ਪੁੱਠੇ ਕਰ ਕਰ ਖਾ ਲੈਂਦਿਆ ਵਾ ਮਾਤਾ ਫਰਤੇ ਫੜਾ, ਤੈਨੂੰ ਸੁਣ ਗਈਆਂ। ਹੁਣ ਉਹਨੂੰ ਮੈਂ ਕੀ ਆਖਾਂ ਵੀ ਹੈ ਨਹੀਂ ਗੇ, ਲੜਾਈ ਪਾ ਲਾ ਘਰ, ਮੈਂ ਤਾਂ ਚੱਲਿਆ ਤੂੰ ਚੋਰੀ ਆੜਤੀ ਵੱਲ, ਕਿ ਜਾ ਕੇ ਉਹਨੂੰ ਕਹਿੰਦਾ ਕਿ ਪੈਸੇ ਤੇ ਮੈਂ ਦਾਖਲਾ ਕਰਾਉਣਾ, ਉਹ ਤਾਂ ਅੱਗੇ ਨਹੀਂ ਮਾਰੇ ਹੁਣ ਦਿੰਦੀ ਮੈਨੂੰ। ਤੇ ਮਾਂ ਪਿਓ ਵਾਸਤੇ 20,000 ਖੰਡ ਲਾਇਆ, ਵਾਧੂ ਘੱਟ ਹੋ ਗਿਆ। ਕੋਈ ਨਹੀਂ ਮਾਤਾ ਕਰ ਦਿੱਤਾ ਸਾਨੂੰ, ਜੀਰੋ ਅਸੀਂ ਨਹੀਂ ਕੀਤਾ। ਉਦੋਂ ਠੇਕਾ ਪੈਰੀ ਬਾਅਦ 'ਚ ਨੱਕਾ ਬੰਨਦੇ, ਪਹਿਲਾਂ ਦੇ ਸਾਨੂੰ ਠੇਕਾ ਫੜਾ ਦਿਓ, ਖਰਚਾ ਤੁਸੀਂ ਹਿਸਾਬ ਨਾਲ ਕਰਿਆ ਕਰੋ ਨਾ। ਹੁਣ ਸਾਨੂੰ ਵੀ ਕਰੀਏ ਮਾਤਾ, ਮੇਰਾ ਵੀ ਟੱਬਰ ਵਾ, ਨਿਆਣੇ ਪਾਲਣੇ ਆ, 100 ਵਿਆਹ ਸ਼ਾਦੀਆਂ ਜਾਣਾ, ਤੁਸੀਂ ਤਾਂ ਸਭ ਕੁਛ ਛੱਡਿਆ। ਕੋਈ ਨੀ, ਨਿਆਣੇ ਸਾਰੇ ਕੰਮ ਹੀ ਕਰਦੇ ਹੁੰਦੇ ਆ, ਐਡੀ ਛੇਤੀ ਮਾਪਿਆਂ ਨੂੰ ਦਰਕਾਰ ਨਹੀਂ ਦੇਈਦਾ ਹੁੰਦਾ। ਚੱਲ ਮਾਤਾ ਇੱਦਾਂ ਕਹਿੰਦਾ, ਸਾਬੀ ਵੀਰ ਨਾ ਬਾਹਰ ਜੇ ਹੋਏ ਤਾਂ ਉਹਨੂੰ ਕਹਿੰਦਾ, ਤੁਹਾਨੂੰ ਲਿਆ ਦਿੰਦਾ ਵਾ। ਚੱਲ ਤੂੰ ਉਹਨਾਂ ਨੂੰ ਕੀ ਆਖਣਾ, ਤੂੰ ਆਵਾਜ਼ ਮਾਰ ਵੀ ਸਕਦੇ, ਅਸੀਂ ਆਪੇ ਗੱਲ ਕਰਨਾ। ਚੰਗਾ, ਨਹੀਂ ਇਹਨੇ ਕੀ ਆਖਣਾ ਵਾ, ਜਿੱਦਾਂ ਦਾ ਇਹ ਤੇ ਉਦਾਂ ਦਾ ਉਹਨੇ ਜਵਾਬ ਦੇ ਦੇਣਾ। ਆਪਣੇ ਗਲੋਂ ਗੱਲ ਲਾ ਕੇ ਦੂਜੇ ਗੱਲ ਪਾਤੀ, ਦੂਜੇ ਗੱਲ ਪਾਤੀ, ਤੁਹਾਨੂੰ ਉਹਦੇ ਕੋਲ ਮੰਗਣੇ ਆ ਕਿ ਉਹਨੂੰ ਵੀ ਲੈਣ। ਤੇਰੇ ਸਾਹਮਣੇ ਤੇ ਆਖਣ ਡਿਆ ਸੀ ਕਿ ਮੈਂ ਰੱਖੀ ਆ ਕਹਿੰਦਾ, ਮੈਂ ਝੂਠ ਬੋਲਿਆ ਤੇ ਕਹੀਂ ਦਵਾਈ ਲੈਣ ਵਾਸਤੇ ਮੰਗਣ ਡਏ ਆ, ਅਸੀਂ ਕੀ ਉਹਨਾਂ ਨੂੰ ਆਖਣ ਡੇ ਵੀ ਸੁੱਟ ਕਰਨੀ ਕਦੇ। ਨਹੀਂ ਇਹਨਾਂ ਨੂੰ ਠੇਕਾ ਦਿਸਦਾ ਵੀ ਠੇਕਾ ਲੈ ਲਿਆ ਵਾ, ਇਹਨਾਂ ਨੂੰ ਕਰਜ਼ਾ ਤਾਂ ਨਹੀਂ ਪਾਇਆ ਅਸੀਂ ਕੋਈ, ਕਿ ਤੁਹਾਨੂੰ ਕਰਜ਼ਾ ਪਾਇਆ ਵਾ। ਸੁਰਿੰਦਰ ਆ ਕੋਠੀਆਂ ਬਣਾਤੀਆਂ, ਸਭ ਕੁਝ ਬਣਾਤਾ, ਅੱਜ ਅਸੀਂ ਇੰਨੇ ਜੋਗੇ ਵੀ ਨਹੀਂ ਗੇ। ਹੁਣ ਜਿਹੜਾ ਅਸੀਂ ਠੇਕਾ ਲਿਆ, ਅਸੀਂ ਕੀ ਉੱਥੇ ਵਰਤ ਲਿਆ, ਕੀ ਖਰਚਾ ਕਰ ਲਿਆ, ਕੀ ਖਰੀਦ ਲਿਆਂਦਾ, ਅਸੀਂ ਇਹਨਾਂ ਦੇ ਕਰਜ਼ੇ ਲਾਉਣ ਡਏ ਥੋੜ੍ਹੇ ਥੋੜ੍ਹੇ ਕਰਕੇ, ਵੀ ਚੱਲ ਸ਼ਾਹ ਇਹ ਆਪਣਾ ਸਾਰ ਨਾ, ਜਿਹੜਾ ਅਸੀਂ ਠੇਕਾ ਲਵਾਂਗੇ ਅਸੀਂ ਆਪਣਾ ਕਰਜ਼ਾ ਲਾ ਕੇ ਤੇ ਆਪਣਾ ਹਿਸਾਬ ਬਰਾਬਰ ਕਰ ਲਈਏ। ਸੁਰਿੰਦਰ ਜਿਹੜਾ ਕੋਈ ਮਿਲਣ ਆਉਂਦਾ ਵਾ ਪੈਸੇ ਇਹਨਾਂ ਦੇ ਨਿਆਣੇ ਨੂੰ ਦੇ ਜਾਂਦਾ, ਅਸੀਂ ਤਾਂ ਨਹੀਂ ਨਾ ਕੁਛ ਲੈਂਦੇ, ਤੇ ਜਿੱਥੇ ਕਿਤੇ ਸਾਨੂੰ ਕੋਈ ਸੱਦਦਾ ਫਿਰ ਸਾਨੂੰ ਦੇਣੇ ਪੈਂਦੇ ਆ। ਕਿਤੇ ਜਾਣਾ ਨਹੀਂ, ਦੱਸ ਆ ਕੱਲ੍ਹ ਪਰਸੋਂ ਹੀ ਨਹੀਂ ਉੱਦਣ ਗਏ ਆਪਾਂ ਉੱਥੇ, ਅਤੇ ਇੱਕੋ ਵਾਰ ਜੀ ਕਹਿਤਾ ਵੀ ਤੁਸੀਂ ਕਿਤੇ ਜਾਂਦੇ ਨਹੀਂ ਗੇ। ਚੱਲ ਅੱਛਾ ਕੋਈ ਨਹੀਂ, ਕੀ ਕਰਨਾ ਵਾ, ਜੇ ਨਾ ਹੋਊਗਾ ਤਾਂ ਅੱਜ ਦੀ ਰਾਤ ਕੱਢ, ਜਿਸ ਤਰ੍ਹਾਂ ਵੀ ਹੁੰਦਾ ਵਾ, ਫਿਰ ਨਾ ਹੋਊਗਾ ਸਵੇਰੇ ਦਿਨ ਚੜੂ ਤੇ ਲੈ ਆਵਾਂਗੇ ਦਵਾਈ। ਆਹੋ ਉਹ ਗੋਲੀਆਂ ਫਿਰ ਮੈਂ ਖਾਂਦੀ ਹਾਂ, ਪਰ ਵੇਖ ਲਓ ਬਲਜੀਤ ਦੀਆਂ ਗੱਲਾਂ ਸੁਣੀਆਂ। ਚੱਲ ਕੋਈ ਨਹੀਂ, ਚੁੱਪ ਕਰ ਜਾ, ਇਹ ਬੁੜੀਆਂ ਵੀ ਬੰਦਿਆਂ ਨੂੰ ਚੁੱਕਣਾ ਚਾੜ ਚਾੜ ਕੇ ਪੱਥਰ ਪੜਵਾ ਦਿੰਦੀਆਂ। ਉਹ ਤਾਂ ਅੱਡ ਬਾਰ ਤਾਂ ਇਹੋ ਕਰਾਉਂਦੀਆਂ ਵਾ, ਮਾਂ ਪਿਓ ਘਰ ਜਿਹੜੇ ਆ ਉਹ ਵਾਧੂ ਹੋ ਜਾਂਦੇ ਆ।
ਜੇ ਦਾੜ ਪੀੜ ਹੁੰਦੀ ਹੋਵੇ ਤੇ ਇਸ ਤਰ੍ਹਾਂ ਹੀ ਬੋਲੇ। ਮੇਰੇ ਕਿਤੇ ਦਾੜ ਪੀੜ ਹੁੰਦੀ ਹੁੰਦੀ ਨਾ, ਮੈਂ ਤਾਂ ਮੂੰਹ ਲਵੇੜ ਕੇ ਸੌਂ ਜਾਂਦੀ ਹੁੰਦੀ। ਆ ਵੇ ਹਾਂ ਮਟਕੋ ਜੀ, ਫਿਰ ਪੁੱਛਦੀ ਨਹੀਂ ਗਿੱਛਦੀ ਨਹੀਂ। ਇਹ ਵਾਹਵਾ ਫਾਰਗ ਹੋਈ ਆ, ਸਾਰਾ ਸਿਆਬਾ ਸਾਡੇ ਭਾਅ ਦਾ, ਸਾਨੂੰ ਹੀ ਸੁਣਾ ਦਿੰਦੇ ਰਹਿੰਦੇ, ਬਸ ਵਿਹਲੇ ਬੈਠੇ, ਕੋਈ ਕੰਮ ਨਹੀਂ ਧੰਦਾ ਨਹੀਂ। ਵੇ ਜਾਂਦੀ ਲਾਲ ਗੁਲਾਲ ਸੁਰਖੀ ਲਾ ਗਏ, ਦੱਸ ਇਹਨੂੰ ਕੋਈ ਕੰਮ ਹੀ ਨਹੀਂ ਹੈਗਾ ਘਰ। ਰਾਤ ਨੂੰ ਰਾਤ ਪਈ ਤੇ ਮੁੜ ਕੇ ਆਲੂ ਜੇ ਦੋ ਭੁੰਨ ਦੂਗੀ ਉਹਨਾਂ ਨੂੰ, ਕਿਤੇ ਚੱਜ ਦੀ ਸਬਜ਼ੀ ਨਹੀਂ ਬਣਾਉਣੀ, ਕਿਤੇ ਕੁਛ ਨਹੀਂ। ਆਹ ਮੇਰੇ ਨਿਆਣੇ ਤਾਂ ਨਾ ਵੱਢਣ ਵਾਲੇ ਆ, ਵੰਨ ਸੁਵੰਨੀਆਂ ਸਬਜ਼ੀਆਂ ਮੰਗਦੇ ਆ ਅਤੇ ਆਹ ਸਾਰੀ ਦਿਹਾੜੀ ਫਿਰਦੀ ਰਹਿੰਦੀ ਆ। ਇਹਨੇ ਆਲੂ ਪ੍ਰਧਾਨ ਕੀਤੇ ਤਾਂ ਜਾਂ ਉਹ ਸੜੀ ਜਿਹੀ ਨੂਟਰੀ, ਉਹੀ ਉਹ ਤਰ੍ਹਾਂ ਹੰਘਾਲ ਪੰਘਾਲਾ ਕਰਕੇ ਤਾਂ ਤੜਕਾ ਲਾ ਦੇਣਾ ਹੁੰਦਾ ਵਾ। ਅਤੇ ਆਹ ਮੇਰੀ ਸਬਜ਼ੀ ਵੰਨ ਸੁਵੰਨੀਆਂ ਜਦੋਂ ਅੰਦਰ ਬਣਦੀਆਂ ਵਾ, ਜਦੋਂ ਮੈਂ ਕੱਟਦੀ ਹਾਂ ਕੋਹ ਨਜ਼ਰਾਂ ਥਾਣੀ ਲੰਘਾ ਲੈਂਦੀਆਂ ਅਤੇ ਕੋਹ ਦਾ ਢੱਕਣ ਲਾ ਕੇ ਚੁੱਕ ਕੇ ਅਤੇ ਵੇਖ ਲੈਂਦੀ ਆ, ਝੱਟ ਪਤਾ ਲੱਗ ਜਾਂਦਾ ਇਹਨੇ ਕੀ ਬਣਾਇਆ, ਅਤੇ ਉੱਥੇ ਹੀ ਇਹਦੀਆਂ ਲਾਲਾਂ ਚੋ ਪੈਂਦੀਆਂ ਅਤੇ ਨਿਆਣਿਆਂ ਨੂੰ ਘਲਾ ਦਿੰਦੀ, ਤਾਈ ਅੰਮਾ ਕੋਈ ਸਬਜ਼ੀ ਲੈ ਲਓ। ਉਹ ਵਿਚਾਰੇ ਭੋਲੇ ਜੇ ਮੂੰਹ ਨਾ ਕਰਨਗੇ, ਤਾਈ ਅੰਮਾ ਸਬਜ਼ੀ ਦਿਓ। ਉਸੇ ਵੇਲੇ ਮੇਰਾ ਜੀ ਕਰ ਪੈਂਦਾ ਵੀ ਦੇ ਦਾ, ਨਿਆਣਿਆਂ ਨੂੰ ਕੀ ਬੰਦਾ ਨਾ ਕਰੇ। ਹੁਣ ਆਊਗੀ ਅੱਧੀ ਰਾਤ ਫਿਰ ਤੁਰ ਕੇ ਗੱਲਾਂ, ਇੱਕ ਤਾਂ ਉਹ ਸੁੰਮਣ ਨਾਲ ਬੜੀ ਬਣਦੀ ਆ, ਕੋਹ ਤਾਂ ਉੱਥੋਂ ਰਿੱਧਾ ਪੱਕਾ ਲੈ ਆਉਂਦੀ ਆ, ਤਾਇਆਂ 'ਤੇ ਪੈਸੇ ਬਚਾ ਬਚਾ ਰੱਖੀ ਜਾਂਦੀ। ਸੁਮਨ ਆ ਜਾ ਕਰ ਬਈਏ ਘੜੀ ਇੱਥੇ, ਤੇਰੇ ਕਰਕੇ ਮੈਂ ਆਈ ਹਾਂ ਵੀ ਦੱਸ, ਉਹਦੇ ਲਾਗੇ ਬਹਿੰਦੀ ਹਾਂ ਘੜੀ ਗੱਲਾਂ ਬਾਤਾਂ ਮਾਰਦੇ ਹਾਂ ਤੇ ਤੇਰੇ ਕੰਮ ਹੀ ਨਹੀਂ ਮੁੱਕਣ ਡੇ। ਕੰਮ ਤੁਹਾਨੂੰ ਪਤਾ ਫਿਰ ਨਿੱਕੇ ਨਿੱਕੇ ਜੇ, ਕਦੀ ਕੁਛ ਕਰ ਲਾ ਕਦੀ ਕੁਛ ਕਰ ਲਾ, ਕੰਮ ਵੀ ਮੁੱਕਦੇ ਨਾ। ਇਹ ਤਾਂ ਹੈ, ਕੰਮ ਤਾਂ ਘਰਾਂ ਦੇ ਮੁੱਕਦੇ ਨਹੀਂ। ਤਾਈ ਕਿੱਥੇ ਹੈ, ਕਿਤੇ ਦਿਖਣ ਨਹੀਂ ਡਈ। ਉਹ ਭਾਬੀ ਸੂਟ ਸੀਤਾ ਸੀਨੇ ਦਿੱਤਾ ਸੀ ਤੇ ਉਹ ਲੈਣ ਗਏ ਆ। ਕਿੰਨੇ ਲਿਆਈ ਸੂਟ? ਮੈਂ ਲਿਆਈ। ਕਿੰਨੇ ਦਾ ਲਿਆ ਸੀ? ਲਿਆ ਨਹੀਂ, ਮੈਂ ਆਪਣੇ ਸਹੁਰੇ ਗਈ ਹਾਂ ਨਾ, ਤੇ ਮੇਰੀ ਸੱਸ ਨੇ ਮੈਨੂੰ ਦਿੱਤਾ ਬਣਾ ਕੇ। ਮੈਨੂੰ ਵਿਖਾਇਆ ਹੀ ਨਹੀਂ, ਮੈਂ ਤਾਂ ਤੇਰੇ ਵੱਲ ਰੋਜ਼ ਆਉਂਦੀ ਹੈ। ਚੇਤਾ ਹੀ ਨਹੀਂ ਰਿਹਾ, ਤੇ ਮੰਮੀ ਕਹਿੰਦੀ ਚੱਲ ਕਿਤੇ ਜਾਣਾ ਪੈਂਦਾ ਵਾ ਤੇ ਚੱਲ ਸਵਾ ਹੀ ਲੈਂਦੇ ਹਾਂ। ਚੱਲ ਕੋਈ ਗੱਲ ਨਹੀਂ, ਚੱਲ ਜਦੋਂ ਸਿੱਪ ਕੇ ਆਊਗਾ ਉਦੋਂ ਵਿਖਾਲ ਦਿਓ ਮੈਨੂੰ। ਆਹੋ, ਉਦੋਂ ਮੈਂ ਚੱਲ ਵਿਖਾਲ ਦੂੰਗੀ। ਤੇ ਅੱਗੇ ਤਾਂ ਅੰਬਰ ਤੇ ਹੀ ਸੀਂ ਸੂਨ ਦਿੰਦੀ ਸੀ, ਤੇ ਹੁਣ ਉਹ ਮਾਸੀ ਕੋਲ ਚੱਲ ਗਈ ਜਦੋਂ ਮਾਸੀ ਦਾ ਚੂਲਾ ਟੁੱਟਾ ਨਾ, ਫਿਰ ਉੱਥੇ ਪੱਕੀ ਚੱਲ ਗਈ। ਆਹੋ, ਫਿਰ ਉਹਦੇ ਵੀ ਨਿਆਣੇ ਨਿਊਣੇ ਬਾਹਰ ਵਾ, ਤਾਂ ਕਰਕੇ ਤੰਗੀ ਉਹਨੂੰ। ਤੰਗੀ ਬੜੀ ਸੀ ਉਹਨੂੰ, ਪਰ ਉਹਨੂੰ ਚੱਲ ਜੇ ਤੰਗੀ ਨਹੀਂ, ਉਹਦਾ ਤਾਂ ਕਰਤਾ ਕੰਮ ਸੌਖਾ, ਤੁਹਾਨੂੰ ਨਹੀਂ ਤੰਗੀ ਫਿਰ ਇੱਥੇ? ਨਾ, ਸਾਨੂੰ ਕਦੀ ਤੰਗੀਆਂ ਨੂੰ ਕੋਈ ਨਹੀਂ ਤੰਗੀ ਹੈਗੀ। ਫਿਰ ਵੀ ਉਹਦੇ ਲਾਗੇ ਸੁੱਖ ਤੇ ਹੈ ਹੀ ਨਾ। ਸੁੱਖ ਤੇ ਹੈਗਾ ਸੀਗਾ, ਪਰ ਫਿਰ ਵੀ ਮਾਸੀ ਸਮਾਈ ਸੁਈ ਕਰਦੀ, ਚੱਲ ਪੈਸੇ ਪੂਏ ਦੇ ਆਉਂਦੇ ਸੀ। ਨਹੀਂ ਭਾਬੀ, ਹੁਣ ਨਹੀਂ ਪੈਸੇ ਦੀ ਤੰਗੀ ਸਾਨੂੰ, ਸਾਡੇ ਕੋਲ ਬੜੇ ਪੈਸੇ ਆ। ਤੁਹਾਨੂੰ ਤਾਂ ਨਹੀਂ ਤੰਗੀ, ਪਰ ਸਾਡੇ ਬੜੀ ਤੰਗੀ ਚੱਲਣ ਡਈ, ਉਹ ਹੱਥ ਬੜਾ ਟੈਟ ਸਾਡਾ। ਉਧਰੋਂ ਗੁਰਵਰ ਦੀ ਐਡਮਿਸ਼ਨ ਕਰਾਉਣੀ ਆ, ਅਤੇ ਮੈਂ ਸਾਬੀ ਨੂੰ ਕਹਿਣ ਡਈ ਵੀ ਪੈਸੇ ਲਿਆ ਉਹਦੀ ਐਡਮਿਸ਼ਨ ਕਰਾਈਏ, ਅਤੇ ਉਹ ਕਹਿੰਦਾ ਮੈਂ ਕਿੱਥੋਂ ਲਿਆਵਾਂ, ਹੈ ਨਹੀਂ ਮੇਰੇ ਕੋਲ ਕੁਛ ਵੀ। ਮੈਨੂੰ ਤਾਂ ਸੱਚੀ ਉਹਦੀ ਬੜੀ ਟੈਨਸ਼ਨ ਲੱਗੀ ਮੁੰਡੇ ਦੀ ਹੁਣ। ਆਹੇ ਭਾਬੀ, ਤੂੰ ਤਾਂ ਪਹਿਲਾਂ ਸੁਣਾਈ ਜਾਣ ਡਈ, ਅਸੀਂ ਵੀ ਤੁਹਾਡੇ ਕੋਲ ਲੈਣੇ ਸੀਗੇ। ਹਾਂ ਨਾ ਸੁਮਨ, ਮੇਰੇ ਲਾ ਕੇ ਗੱਲ ਕਰਿਆ ਕਰ। ਅੜੀਏ ਮੈਂ ਕਿਹੜੇ ਤੇਰੇ ਕੋਲ ਪੈਸੇ ਲਏ ਆ? ਉਹ ਬਾਹਰ ਬੰਦਿਆਂ ਦੀ ਗੱਲ ਆਪੇ ਨਾ ਚਿੱਠ ਲੈਣਗੇ, ਆਪੇ ਸਾਨੂੰ ਉਹਨੂੰ ਪੁੱਛ ਲੂਗਾ ਸਾਬੀ ਨੂੰ। ਚੱਲ ਛੱਡ, ਹੋਰ ਸੁਣਾ ਜਠਾਣੀ ਤੇਰੀ ਕੀ ਕਰਦੀ?
ਉਹ ਕੁਛ ਨਹੀਂ ਐਵੇਂ ਸਾਨੂੰ ਭੱਜੂ ਕਰਦੀ ਰਹਿੰਦੀ, ਪਤਾ ਤਾਂ ਹੈਗਾ ਹੀ ਆ ਤੁਹਾਨੂੰ ਜਿੱਦਾਂ ਦਾ ਉਹਦਾ ਸੁਭਾਅ ਵਾ, ਹੋਰ ਉਹਨੇ ਕੀ ਕਰਨਾ। ਮੇਰੀ ਗੱਲ ਸੁਣੋ, ਰਸੋਈ ਨੂੰ ਤੁਸੀਂ ਬੂਹਾ ਢੋਇਆ ਵਾ ਤੇ ਸਬਜ਼ੀ ਸੁਬਜ਼ੀ ਬਣਾ ਲਈ? ਹਾਂ ਸਬਜ਼ੀ ਮੈਂ ਬਣਾ ਲਈ। ਕੀ ਬਣਾਈ ਅੱਜ? ਦਾਲ ਬਣਾਈ ਹੈ। ਲੈ ਗੁਰਵਰ ਨਾ ਅੱਜ ਹੀ ਮੰਗਣ ਡਿਆ ਇਹ ਦਾਲ, ਉਹ ਤਾਂ ਤੁਹਾਡੇ ਹੱਥਾਂ ਦੀ ਦਾਲ ਪਸੰਦ ਹੀ ਬੜੀ ਕਰਦਾ, ਤੇ ਤੁਹਾਨੂੰ ਪਤਾ ਮੈਨੂੰ ਤਾਂ ਉੱਦਾਂ ਹੀ ਬੜੀ ਪਸੰਦ ਵਾ। ਜੇ ਮੈਂ ਤੁਹਾਡੀ ਦਾਲ ਲੈ ਜਾਣਾ, ਗੁਰਵਰ ਖਾਂਦਾ ਇੱਕ ਰੋਟੀ, ਜਦੋਂ ਹੋਵੇ ਤੁਹਾਡੀ ਦਾਲ ਸਬਜ਼ੀ ਮੁੰਡਾ ਮੇਰਾ ਰੱਜ ਕੇ ਰੋਟੀ ਖਾ ਲੈਂਦਾ ਵਾ, ਤੇ ਮੈਨੂੰ ਤੇ ਆਪ ਤੇਰੇ ਹੱਥਾਂ ਦੀ ਦਾਲ ਸਬਜ਼ੀ ਸੱਚੀ ਇੰਨੀ ਸਵਾਦ ਲੱਗਦੀ ਨਾ ਸੁਮਨ, ਤੂੰ ਕਹਿੰਦਾ ਮੈਂ ਝੂਠ ਬੋਲਦੀ ਹਾਂ। ਵੀਰ ਤੇਰਾ ਤਾਂ ਝੱਟ ਹੀ ਪਛਾਣ ਲੈਂਦਾ, ਉਸੇ ਟਾਈਮ ਉਹ ਕਹਿ ਦਿੰਦਾ ਵੀ ਸੁਮਨ ਨੇ ਬਣਾਈ ਹੋਣੀ ਸਬਜ਼ੀ, ਬਹੁਤ ਸਵਾਦ। ਤੂੰ ਏਦਾਂ ਕਰ ਗੁਰਵਰ ਨੂੰ ਘਾਲ ਲਈ ਇੱਧਰ ਦੇ। ਨਹੀਂ ਨਾ, ਫਿਰ ਵੀ ਚੱਲ ਆਪਾਂ ਮਾਂ ਪੁੱਤ ਬਹਿ ਕੇ ਖਾ ਲਾਂਗੇ, ਆਸਰਾ ਜਿਹਾ ਹੋ ਜਾਂਦਾ ਮੇਰੇ ਅੱਖਾਂ ਦੇ ਸਾਹਮਣੇ ਖਾ ਲਏ ਨਾ, ਫਿਰ ਮੈਨੂੰ ਜਦ ਇੱਕ ਸਿੱਧਕ ਆ ਜਾਂਦਾ ਵੀ ਚੱਲ ਮੇਰੇ ਪੁੱਤ ਨੇ ਰੋਟੀ ਖਾ ਲਈ ਆ। ਹੋਰ ਤਾਂ ਨਹੀਂ ਕੋਈ ਗੱਲ, ਲੈ ਤੇਰੇ ਘਰ 'ਚ ਤੇ ਸਾਡੇ ਘਰ 'ਚ ਕੋਈ ਵੰਡਿਆ ਵਾ, ਇੱਥੇ ਆਣ ਕੇ ਖਾ ਲੂਗਾ, ਉਹ ਤਾਂ ਨਹੀਂ ਕੋਈ ਗੱਲ। ਨਾ ਇੰਨਾ ਕੁ ਜਰੀ ਕਿ ਮੇਰੀ ਅੱਖਾਂ ਦੇ ਸਾਹਮਣੇ ਖਾ ਲੂ ਨਾ, ਉਹ ਸਿੱਧਕ ਜਿਹਾ ਹੋ ਜਾਂਦਾ ਮੈਨੂੰ, ਤੇ ਕੋਈ ਨਹੀਂ ਮੈਂ ਨਾ ਠਹਿਰ ਕੇ ਆਉਂਦੀ ਹਾਂ ਰਾਤ ਜੀ ਨੂੰ, ਫਿਰ ਮੈਂ ਲੈ ਜਾਊਂਗੀ ਪਾ ਕੇ। ਉਹ ਡੋਣੀ ਜੀ ਮੇਰੇ ਵੱਲ ਆ ਕਿ ਤੇਰੇ ਵੱਲ, ਜਿਹ 'ਚ ਮੈਂ ਦਾਲ ਸਬਜ਼ੀ ਕੱਢਦੀ ਹੁੰਦੀ? ਨਹੀਂ ਤੇਰੇ ਵੱਲ ਹੀ ਆ, ਤੂੰ ਹੀ ਖੜਦੀ ਹੁੰਦੀ ਆ, ਤੁਹਾਡੇ ਵੱਲ ਹੀ ਆ। ਮੇਰੇ ਸਾਹਮਣੇ ਮੈਂ ਕੜੀ ਖੜੀ ਸੀ ਨਾ, ਉਹ ਡੋਣੀ ਚੱਦਨ ਪਾ ਕੇ ਤੇ ਘਰੇ ਪਈ ਆ। ਕੋਈ ਨਹੀਂ ਮੈਂ ਆਉਂਦਿਆਂ ਫੜ ਲਿਆਉਂਦੀ ਤੇ ਫਿਰ ਮੈਂ ਵਿੱਚ ਦਾਲ ਪਾ ਕੇ ਲੈ ਜਾਊਂਗੀ। ਚੱਲ ਆ ਜੀ ਫਿਰ, ਮੈਂ ਨਾਲੇ ਤੜਕਾ ਲਾਉਣ ਵਾਲਾ ਖਾ ਲਾਂਗੀ। ਤੜਕਾ ਲਾਉਣਾ ਵਧੀਆ ਜਿਹਾ ਕਰਾਰਾ ਜਿਹਾ ਰੱਖ ਕੇ ਲਾਇਓ, ਉੱਦਾਂ ਤਾਂ ਮੈਨੂੰ ਪਤਾ ਵਾ ਤੁਸੀਂ ਵਧੀਆ ਲਾਉਂਦੇ ਆ, ਪਰ ਫਿਰ ਵੀ ਮੈਂ ਕਿਹਾ ਇੱਕ ਵਾਰੀ ਕਰਾਰਾ ਜਿਹਾ ਰੱਖ ਕੇ ਲਾ ਲਿਓ। ਠੀਕ ਆ, ਆਹੋ ਤੇ ਮੈਂ ਫਿਰ ਠਹਿਰ ਕੇ ਆਣ ਕੇ ਲੈ ਜਾਊਂਗੀ। ਚੱਲ ਠੀਕ ਆ। ਨਹੀਂ ਕੋਈ ਨੀ, ਮੁੜ ਕੇ ਆ ਜਾਊਂਗੀ, ਤੈਨੂੰ ਪਤਾ ਮੇਰੇ ਤੇ ਗੇੜੇ ਲੱਗਦੇ ਰਹਿੰਦੇ ਇੱਧਰ, ਫਿਰ ਆ ਜਾਂਦੀ ਮੈਂ ਨਾਲੇ, ਮੈਂ ਡੋਣੀ ਸਾਫ ਕਰ ਲਾ, ਧੋਣ ਵਾਲੀ ਹੋਣੀ ਹੋ। ਹਾਂ ਮੈਂ ਲੈ ਕੇ ਤੇ ਫਿਰ ਮੈਂ ਸਾਫ ਕਰਕੇ ਆਉਂਦੀ ਹਾਂ, ਉਹਨਾਂ ਤੱਕ ਲਾ ਲਓ ਤੁਸੀਂ ਤੜਕਾ। ਬਾਲਤੀ ਡੋਣੀ ਉੱਦਾਂ ਹੀ ਰਹਿਣ ਦਿੱਤੀ ਕੜੀ ਵਾਲੀ, ਥੋੜੀ ਜਿਹੀ ਉਹ 'ਚ ਪਈ ਸੀ ਨਾ, ਤੇ ਉਹ ਮੈਂ ਹੁਣ ਕੱਢ ਲੈਂਦੀ ਹਾਂ। ਤੁਹਾਨੂੰ ਪਤਾ ਦੋ ਤੇ ਜੀ ਹੈਗੇ, ਮੁੰਡਾ ਕਿਤੇ ਕਿੰਨੀ ਕੁ ਖਾਂਦਾ ਵਾ। ਆਹੋ ਤੇਰੀ ਤਾਂ ਉੱਦਾਂ ਹੀ ਸਬਜ਼ੀ ਮਾਸਾ ਕੁ ਲਈਏ ਤਾਂ ਉਹਦੇ ਨਾਲ ਸਿਦਕਾ ਜਾਂਦਾ, ਰੋਟੀ ਖਾ ਲੈਂਦੀ ਹੈ। ਮੈਂ ਲਿਆਵਾਂ ਹੱਥੀ ਗੋ ਕਰਨਾ ਨੀ ਤੇ ਦਾਲ ਸਬਜ਼ੀ ਕਿੱਦਾਂ ਸਵਾਦ ਬਣ ਜਾਣੀ। ਡੋਣੀ ਚ ਪਾ ਦਿਓ, ਬੜਾ ਮੂੰਹ ਸੁੱਟ ਕੇ ਬੈਠੀ ਕੱਲੀ ਬੈਠੀ, ਇਹ ਕਿੰਨਾ ਉਧਰ ਚੱਲ ਜਾਣਾ ਸੀ। ਭਾਬੀ ਆਈ ਉਹਦੇ ਲਾਗੇ ਬੈਠੀ ਆ, ਮੈਂ ਤੇ ਕੰਮ ਡਈ ਆ ਕਰਨ, ਕਹਿੰਦੀ ਆ ਜਾ ਸੁਣ ਬਹਿ ਜਾ। ਕਿਹੜੀ ਭਾਬੀ? ਨਿੱਕੀ। ਅੱਛਾ, ਤਾਂ ਪੈਸਿਆਂ ਦੀ ਗੱਲ ਕੀਤੀ ਕਿ ਨਹੀਂ ਉਹਦੇ ਨਾਲ? ਪੈਸਿਆਂ ਦੀ ਮੈਂ ਕੀਤੀ, ਕਹਿੰਦੀ ਜਿੰਨੇ ਲਏ ਉਹਨੂੰ ਪੁੱਛੋ। ਲੈ ਦੱਸ, ਮੇਰੇ ਲਾਗੇ ਨਾ ਨਾਂ ਲਿਆ ਕਰੀ। ਖਰਚਣ ਵਾਰੀ ਭਾਵੇਂ ਸਭ ਤੋਂ ਵੱਧ ਉਹਨੇ ਖਰਚੇ ਹੋਣ। ਫਿਰ ਮੈਂ ਜ਼ਿਆਦਾ ਕਿਹਾ ਹੀ ਨਹੀਂ ਹੈਗਾ। ਕਹਿਣਾ ਸੀ ਨਾ ਭਰਾਵਾ, ਉਹਨੂੰ ਕੀ ਪੁੱਛੋ, ਉਹਨੂੰ ਤੇ ਜਦੋਂ ਪੁੱਛੋ ਬਹਾਨੇ ਲਾਈ ਜਾਂਦਾ। ਪਹਿਲਾਂ ਤੁਸੀਂ ਸੋਚ ਕੇ ਦੇਣੇ ਸੀ ਨਾ, ਤੁਹਾਨੂੰ ਪਤਾ ਤਾਂ ਹੈਗਾ ਸੀ ਉਹਦਾ ਮੋੜ ਤਾਂ ਨਹੀਂ ਹੈ। ਹੁਣ ਮੈਨੂੰ ਕੀ ਪਤਾ ਸੀ ਯਾਰ, ਹੁਣ ਉਦੋਂ ਤਰਲੇ ਲਈ ਜਾਂਦਾ ਸੀ, ਮੈਂ ਕਿਹਾ ਚੱਲ 5000 ਰੁਪਈਆ ਹੀ ਆ ਦੇ ਛੱਡਦੇ ਆ, ਹੁਣ 5000 ਵੀ ਨਹੀਂ ਮੋੜਨਦੇ। ਤੁਸੀਂ ਜੇ ਕਿਤੇ ਪੁੱਛ ਲਿਓ ਫਿਰ, ਜੇ ਕਿਤੇ ਵੱਧ ਦਿੱਤੇ ਹੁੰਦੇ ਤਾਂ ਫਿਰ ਕੀ ਬਣਦਾ? ਕਿੱਥੇ ਦਿੱਤੇ ਜਾਣੇ ਆ, ਉਹਨਾਂ ਦਾ ਹਾਲ ਵੀ ਬੜਾ ਮਾੜਾ। ਇਹ ਕਹਿੰਦੀ ਮੈਨੂੰ ਨਾ ਪੁੱਛੋ, ਉਹ ਤਰਲੇ ਲਈ ਜਾਂਦਾ, ਮੇਰੇ ਕੋਲ ਹੈ ਨਹੀਂ ਇਹ, ਤਾਂ ਪੁੱਛੀਏ ਕਿਹਨੂੰ? ਅਸੀਂ ਕਿਹੜੇ ਏਡੇ ਅਮੀਰ ਵਾ। ਕੀ ਕਵੇ ਹੁਣ ਯਾਰ ਬੰਦਾ, ਬੈਠਾ ਹੀ ਕੁੜੀ ਨੂੰ ਕਵਾਂ ਲਾ
ਲਾਚੀ ਹਰੀ ਲੈਣਾ ਇਹਦੇ ਕੋਲੋਂ ਇੱਕ ਘਰ ਜਾਊਂ ਅਤੇ ਫਿਰ ਫਸਾਦ ਪੈ ਜਾਣਾ, ਲੜਾਈ ਪੈ ਜਾਣੀ ਆ, ਉੱਥੇ ਸਮੈਲ ਆਉਣੀ ਆ। ਇਹਦੇ ਕੋਲ ਹਰੀ ਲਾਚੀ ਮੰਗਦਾ ਇਹਦੇ ਕੋਲ ਜਾ ਕੇ ਕੁੜੀ ਕੋਲ। ਹਰੀ ਇਲਾਚੀ ਦੇ ਇੱਕ ਹਰੀ ਇਲਾਚੀ ਦੁਕਾਨ ਪਾਈ ਆ, ਹੋਣੀ ਆ ਚਾਹ ਚ ਪਾਉਣ ਜੋਗੀਆਂ ਲਿਆਂਦੀਆਂ ਲਿਆਉਂਦੀਆਂ ਚ ਤੁਸੀਂ ਮੈਂ ਚਾਹ ਪੀਤੀ ਕਈ ਵਾਰੀ ਇਲਾਚੀਆਂ ਵਾਲੀ ਇੱਕ ਲਿਆ ਦੇ ਪੰਜਾਹ ਰੁਪਈਆਂ ਦੀਆਂ ਅਸੀਂ ਅੱਗੇ ਲਿਆਂਦੀਆਂ ਰੁਪਈਏ ਦੀ ਇੱਕ ਇਲਾਚੀ ਪੈਣ ਡੀ ਆ ਇਲਾਚੀ ਮੰਗਣ ਡਿਆ ਤੇ ਤੂੰ ਮੇਰੇ ਕੋਲ 5000 ਰੁਪਈਆ? ਇਲਾਚੀ ਕਿਹੜੀ ਸਸਤੀ ਆਉਂਦੀ ਆ, ਇਹ ਗੱਲ ਥੋੜੀ ਰਲਦੀ ਆ। ਭਰਾ ਕਿੰਨਾ ਚਿਰ ਹੋ ਗਿਆ ਮੈਨੂੰ ਦੇਣ, ਮੈਨੂੰ ਜ਼ਰੂਰਤ ਵਾ ਭਾਈਆ, ਤੈਨੂੰ ਪਤਾ ਹੀ ਆ ਨਾ ਯਾਰ ਗੁਰਬਰ ਦੀ ਹੁਣ ਐਡਮਿਸ਼ਨ ਕਰਾਈ ਆ, ਪੈਸੇ ਕਿੰਨੇ ਖਰਚੇ ਗਏ ਆ, ਮੇਰੇ ਹੱਥ ਨਹੀਂ ਰਲ ਡੇ, ਮੈਂ ਤੇ ਦੇਣ ਨੂੰ ਫਿਰਨ ਡਿਆ ਵਾਂ, ਪਰ ਮੇਰੇ ਕੋਲ ਬਣ ਹੀ ਨਹੀਂ ਡਏ ਪੈਸੇ। ਤੂੰ ਇੱਦਾਂ ਕਰਨਾ ਇਹਨੂੰ ਦੂਜੇ ਨੂੰ ਕਹਿਣਾ ਹੈ ਵੱਡੇ ਨੂੰ ਪਾ ਦੇ ਬਾਹਰੋਂ, ਹੁਣ ਕਿੰਨੇ ਚਿਰ ਦਾ ਤਾਂ ਗਿਆ ਵਾ ਪਾਉਂਦਾ ਨਹੀਂ ਆ। ਉਹ ਭਰਾਵਾ ਬਾਹਰ ਵਾਲਾ ਉਹ ਕਹਿੰਦਾ ਮੈਂ ਕੋਠੀ ਪਾਉਣ ਡਿਆ ਵਾਂ, ਅਤੇ ਉਹ ਤਾਂ ਸਗੋਂ ਮੈਨੂੰ ਕਹਿਣ ਡਿਆ ਵਾ ਵੀ ਮੇਰੀ ਮਦਦ ਕਰ, ਅਤੇ ਮੈਂ ਚੱਲ ਤੇਰੇ ਕੋਲ ਥੋੜ੍ਹੇ ਜਿਹੇ ਲੈਣੇ ਆ ਕੋਈ 10-15 ਹੋਰ ਕਿਤੋਂ ਕਰਕੇ, ਉਹਨੂੰ ਇੰਨੀ ਕੁ ਤਾਂ ਦੇਵਾਂ, ਹੁਣ ਜ਼ਿਆਦਾ ਤਾਂ ਗੁੰਜਾਇਸ਼ ਹੈ ਨਹੀਂ ਮੇਰੇ ਕੋਲ। ਭਾਅ ਮੈਨੂੰ ਬੜਾ ਟਾਈਮ ਹੋ ਗਿਆ ਵਾ ਪੈਸੇ ਲਿਆਉਣ ਨੂੰ, ਨਹੀਂ ਚੰਗਾ ਲੱਗਦਾ ਬੰਦਾ, ਪਰ ਥੋੜ੍ਹਾ ਜਿਹਾ ਟਾਈਮ ਹੋਰ ਕੱਢ ਲਾ ਵੇਲਾ, ਕਢਾ ਦੇ ਥੋੜ੍ਹਾ ਜਿਹਾ ਟਾਈਮ, ਤੈਨੂੰ ਪਤਾ ਹੀ ਆ ਯਾਰ ਕਿੰਨਾ ਟਾਈਮ ਕੱਢ ਲਾ ਬੰਦੇ ਦੇ, ਅਗਲੇ ਸਾਹ ਦਾ ਨਹੀਂ ਪਤਾ ਜਦੋਂ ਮੈਂ ਮਰ ਗਿਆ ਫਿਰ ਤੂੰ ਦੇ ਦੇਣੇ। ਉਹ ਮੇਰਾ ਨੁਕਸਾਨ ਹੋ ਗਿਆ ਤੈਨੂੰ ਪਤਾ ਕਿੰਨਾ, 7-8 ਲੱਖ ਰੁਪਈਏ ਦੇ ਥੱਲੇ ਲੱਗ ਗਿਆ ਮੈਂ, ਕੰਮ ਖਰਾਬ ਹੋ ਗਿਆ ਸਾਰਾ ਪੋਲਟਰੀ ਫਾਰਮ ਦਾ, ਜੇ ਨਾ ਆਇਆ ਹੁੰਦਾ ਤਾਂ ਤੁਹਾਨੂੰ ਮੈਂ ਸਾਰੇ ਪੈਸੇ ਦੇ ਹੀ ਦੇਣੇ, ਇਹ ਕਿੰਨੇ ਕੀ ਫਿਰ। ਅਤੇ ਪੋਲਟਰੀ ਫਾਰਮ ਕਿਹੜਾ ਭਰਾਵਾ ਤੇਰਾ, ਮੈਂ ਢਾਤਾ ਜਿਹੜੀ ਮੈਨੂੰ ਸਜ਼ਾ ਦੇਣ ਡਿਆ ਵਾਂ, ਮੈਂ ਤਾਂ ਅਸੀਂ ਤਾਂ ਅੱਗੇ 72 ਬੰਦੇ, ਤੈਨੂੰ ਪਤਾ ਵੀ ਹੈਗਾ ਵਾ। ਮੈਂ ਕਿਹੜਾ ਮੇਰੇ ਕਿਹੜਾ ਭਰਾਵਾ ਅੱਗੇ ਟਰੱਕ ਚੱਲਣ ਡੇ, ਮੈਂ ਵੀ ਤਾਂ 72 ਹਾਂ, ਕੱਢ ਲਾ ਹੋਰ 2 ਹਫ਼ਤੇ 3 ਮਹੀਨਾ ਕਢਾ ਦੇ। ਆਹ ਜੀ ਰੋਜ਼ ਡਾਫਣਾ ਵਾ ਕਿਤੇ, ਇਹੋ 100-150 ਜੋੜੇ ਤਾਂ ਮਹੀਨੇ 'ਚ ਮੇਰੇ ਪੈਸੇ ਨਹੀਂ ਮੁੜ ਸਕਦਾ। ਓਏ ਕਿਹੜੇ ਭਰਾਵਾ ਕਿੰਨੇ ਕੁ ਦਾ ਵਾ, ਇਹ ਤਾਂ ਮੈਂ ਘਰ ਲਿਆ ਕੇ ਗੁੜ ਪਾਇਆ ਸੀ, ਉਹ ਕੱਢੀਆਂ 3-4-5 ਬੋਤਲਾਂ, ਉਹ ਮੈਂ ਤੋਂ ਘੁੱਟ ਛਿੱਟ ਲਾ ਲਈ ਦੀ ਆ, ਇਹ ਵੇਲੇ ਟਾਈਮ ਜਿਹਾ ਟੱਪ ਜਾਂਦਾ ਸ਼ਾਮਾਂ। ਅਤੇ ਗੁੜ ਤੈਨੂੰ ਫਰੀ ਦਾਨ ਕਰਤਾ ਸੀ ਕਿਸੇ ਨੇ ਜਿਹੜਾ ਘਰ ਪਾਇਆ? ਉਹ ਤੇਰੇ ਵਾਲੇ ਪੈਣ ਦੇ ਭਰਾ ਪਾਇਆ, ਹੁਣ ਰਹਿਣ ਦੇ ਵੇਲਾ ਮੈਨੂੰ ਲੱਗਦਾ ਬੜਾ ਅੱਗੇ ਪਿੱਛੇ ਘੁੰਮਦਾ, ਨਾ ਬੋਤਲ ਫੜ ਕੇ ਭਾਈਆ ਜਾਂ ਲਾਲਾ ਭਾਈਆ, ਹੁਣ ਭਾਈਏ ਦਾ ਚੇਤਾ ਨਹੀਂ ਆਉਂਦਾ। ਕੋਈ ਨਹੀਂ ਲਵਾ ਦੇਣਾ, ਲਵਾ ਦਿੰਦਾ ਲਾਉਣੀ ਮਾਮਾ, ਜਦੋਂ ਲੈਣੇ ਸੀ ਉਦੋਂ ਵਿਸਦਾ ਹੀ ਜਾਂਦਾ ਸੀ ਭਾਈਆ, ਆਪਾਂ ਬਸ ਦੋ ਕੁ ਦਿਨਾਂ ਲਈ ਬਸ ਕਰ, ਹੁਣ ਤੂੰ ਮੈਨੂੰ ਜਲੀਲ ਕਰਨਾ ਵਾ। ਮੈਂ ਕੀ ਕਰਨਾ ਵਾ, ਤੇਰੇ ਤੇ ਮੂੰਹ ਤੇ ਲਿਖਿਆ ਜਲੀਲ। ਯਾਰ ਕੁੜੀ ਨੂੰ ਕਹਿ ਲਾਚੀ ਲਿਆ ਦੇ, ਦੇ ਇਹਨੂੰ ਲਾਚੀ, ਲਾਚੀ ਲਿਆ ਦੇ, ਹੁਣ ਲੰਮੇ ਵੀ ਇੱਥੇ ਆ ਕੇ ਪੈਂਦੇ ਹੀ ਲਾਚੀਆਂ, ਦੋ ਵੱਡੇ ਨਵਾਬ ਨੂੰ ਇਹਨੂੰ 5000 ਰੁਪਈਆ ਸਾਡਾ ਮੁੜ, ਉਹ ਤੁਹਾਨੂੰ ਲਾਚੀਆਂ ਵੀ ਖਵਾ ਦਈਏ, ਲਾਚੀਆਂ ਇਹਨੂੰ ਦੋ ਵੱਡੇ ਨਵਾਬ ਨੂੰ। ਭਾਈਆ ਨਹੀਂ ਦੇਣੀਆਂ ਨਾ ਲਾਚੀਆਂ, ਪਰ ਮੈਨੂੰ ਬੇਇੱਜ਼ਤੀ ਨਾ ਕਰ, ਮੈਂ ਤੇਰੇ ਲਾਗੇ ਆ ਦੁੱਖ ਸੁੱਖ ਵੰਡਾਉਣ ਲਈ ਵੀ ਇੱਥੇ ਬਹਿਣਾ, ਨਹੀਂ ਬਹਿਣ ਦੇਣਾ ਮੈਂ ਚੱਲਿਆ। ਤੇ ਜਾ ਕੇ ਤੈਨੂੰ ਮੈਂ ਕਿਹੜਾ ਸੱਦਾ ਦੇ ਕੇ ਸੱਦਿਆ, ਮੈਂ ਉਦਘਾਟਨ ਕਰਾਉਣਾ ਸੀ ਤੇਰੇ ਕੋਲ ਮੰਜੀ ਦਾ, ਲੈਣ ਵਾਰੀ ਹੋਰ ਤੇ ਦੇਣ ਵਾਰੀ ਹੋਰ। ਠੰਡ ਹੋ ਗਈ, ਅੰਦਰ ਚੱਲੀਏ? ਨਹੀਂ ਅੰਦਰ ਨਹੀਂ ਜਾਣਾ ਮੈਂ, ਅੰਦਰ ਥੋੜਾ ਰੌਲਾ ਵਾ ਅੱਗੇ ਹੀ, ਇੱਥੇ ਫਿਰ ਮਹਾਰਾਜ ਦੀ ਬਾਣੀ ਆਉਣ ਡਈ ਆ ਤੇ ਉਹ ਸੁਣ ਡਈ ਮੈਂ, ਉਹ ਆ ਗਿਆ ਹੀ ਆ।
ਆ ਗਏ ਨਖਟੂ ਤੇਰਾ। ਡੈਡੀ 5000 ਰੁਪਈਆ ਦੋ, 5000 ਰੁਪਈਆ ਦੋ। 5000 ਰੁਪਈਆ ਨਾ ਉਹ ਅਸੀਂ ਤੇ ਤੇਰੇ ਕੋਲ ਮੰਗਣ ਨੂੰ ਬੈਠੇ ਆ ਵੀ ਉਹਦਾ ਦਾੜ ਪੀੜ ਹੋਣ ਡੀ ਆ ਵੀ ਅਸੀਂ ਡਾਕਟਰ ਨੂੰ ਵਿਖਾ ਲੈਣਾ। ਚੱਲ ਵੀ ਏਦਾਂ ਕਰੋ 500 ਰੁਪਈਆ ਦੋ ਮੈਂ ਸਾਡੇ ਕੋਲ ਹੈ ਹੀ ਕੱਖ ਨੀ ਗਾ ਕਰੀਏ ਕੀ ਉਹ ਤੇਰੇ ਕੋਲ ਡੱਫਣ ਨੂੰ ਹੈਗੇ ਤੇਰੇ ਕੋਲ ਪੈਸੇ ਹੈ ਨੀ ਗੇ ਡੱਫਣ ਨੂੰ ਹੈਗੇ ਸੀ ਤੇਰੇ ਕੋਲ। ਮੈਂ ਕਿਹੜੀ ਤੁਹਾਡੇ ਕੋਲ ਮੰਗ ਕੇ ਪੀਤੀ, ਮੈਂ ਆਪਣੀ ਪੀਤੀ ਆ ਪੈਸੇ ਦੋ ਮੈਨੂੰ ਚਾਹੀਦੇ। ਕੀ ਕਰਦਾ ਏ ਅਮੀ ਦੇ ਦੇ ਏ ਭਰਾ ਮੈਂ ਤਾਂ ਮੂੰਹ ਲੈ ਕੇ ਬੈਠੀ ਮੇਰੇ ਕੋਲ ਕੋਈ ਨਹੀਂ ਜਾਣਦਾ ਕਿੱਥੋਂ ਤੈਨੂੰ ਪੈਸੇ ਦੇਦਾ ਮੈਂ ਕੀ ਸਾਡੀ ਤੁਸੀਂ ਜਾਨ ਖਾਧੀ ਆ ਉਹ ਹੈ ਨਹੀਂ ਜੇ ਭਰਾਵਾ ਨਹੀਂ ਜੇਬ 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 ਦਿਖਾ ਲਓ ਲੈ ਜੇਬ ਚ ਕੀ ਆ ਲੈ ਵੇਖ ਲੈ ਜੇਬ ਆ ਲੈ ਵੇਖ ਜੇਬ ਵੇਖ ਪਾਥ ਜੇਬ ਚ ਕੱਢ ਲਾ ਨੋਟ ਨੰਗ ਤੁਸੀਂ ਕਰਤਾ ਲੁੱਟੇ ਰਹਿੰਦੇ ਤੁਸੀਂ ਕਰਤਾ ਨੰਗ ਅਸੀਂ ਤੁਹਾਡੇ ਵਾਸਤੇ ਕੀ ਕੁਛ ਕੀਤਾ ਹੋਏ ਇਧਰੋਂ ਵੀ ਕਰ ਇਧਰੋਂ ਵੀ ਕਰ ਪਰ ਤੁਸੀਂ ਨਹੀਂ ਕਦੇ ਮੁੱਲ ਪਾਇਆ ਸਾਡਾ ਮਾਸਾ ਵੀ ਮੰਮੀ ਅੰਦਰ ਰੱਖੇ ਹੋਣੇ ਲਿਆ ਦੇ ਵੇਲਾ ਮੇਰੇ ਭਰਾਵਾ ਠੱਗੀਆਂ ਠੋਰੀਆਂ ਮਾਰ ਮਾਰ ਕੇ ਤੁਹਾਨੂੰ ਉੱਚਿਆਂ ਚੁੱਕਣਾ ਸੀਗਾ ਤੁਸੀਂ ਤੇ ਸਾਰਾ ਕੁਛ ਹੀ ਲਟਾ ਕੇ ਹੀ ਰੱਖ ਦਿੱਤਾ ਨੰਗੋ ਨੰਗ ਤੇ ਤੁਸੀਂ ਆ ਕਹਿੰਦੇ ਸਾਨੂੰ ਜੇ ਜਾ ਬਹੁਤਾ ਸਿਰ ਨਾ ਖਾ ਮੇਰੇ ਕੋਲ ਨਹੀਂ ਕੋਈ ਆ ਜਾਂਦਾ ਦਫਾ ਹੋ ਜਾ ਇੱਥੋਂ ਤੈਨੂੰ ਕੀ ਕਮਾਉਣਾ ਕਿਸੇ ਨੇ ਡੈਡੀ ਜਾ 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 ਕੇ ਲੰਮਾ ਪੈ ਜਾ ਕਿੱਥੇ ਲੰਮਾ ਪਵਾਂ ਇੱਥੇ ਅੰਦਰ ਪੈ ਲੰਮਾ ਜਾ ਕੇ ਇੱਥੇ ਪੈ ਅੰਦਰ ਲੜ ਪੈਣਾ ਉਹਨੇ ਮੇਰੇ ਨਾਲ ਇੱਥੋਂ ਉੱਠੋ ਉਹ ਦੂਜੀ ਮੰਜੀ ਤੇ ਚੱਲ ਜਾਓ ਮੈਂ ਇੱਥੇ ਲੰਮਾ ਭਰਾਵਾ ਸਾਨੂੰ ਇੱਥੇ ਵੀ ਨਹੀਂ ਬਹਿਣ ਦੇਣਾ ਮੰਜੀ ਤੇ ਵੀ ਨਹੀਂ ਬਹਿਣ ਦੇਣਾ ਮੈਨੂੰ ਪੈ ਲੈਣ ਦੋ ਤੁਸੀਂ ਉੱਧਰ ਚੱਲ ਜਾਓ ਸਾਨੂੰ ਜੀ ਲੈਣ ਦੋ ਮਾੜਾ ਮੋਟਾ ਜਿੰਨੀ ਸਾਡੀ ਜ਼ਿੰਦਗੀ ਜੀ ਲੈਣ ਦੋ ਜਾ ਜਾ ਹੱਦ ਹੋ ਗਈ ਉਹ ਟੈਨਸ਼ਨਾਂ ਨਾਲ ਅੱਗੇ ਭਰੇ ਆ ਤੇ ਤੂੰ ਹੋਰ ਅੱਜਾ ਆ ਗਿਆ ਮੈਂ ਸਾਨੂੰ ਸਤਾਉਣ ਪੈਗ ਲਾਉਣਾ ਡਰੀ ਅੱਗੇ ਮੈਂ ਪੈਗ ਹੀ ਲਾਉਣਾ ਵਾ ਆ ਛਿੱਤਰ ਮਾਰਦਾ ਕਿ ਨਹੀਂ ਇਹ ਛਿੱਤਰ ਤੇਰਾ ਮਾਰਦਾ ਕਰਦਾ ਏ ਜੇ ਸਿਰ ਚ ਮਾਰੋ ਛਿੱਤਰ ਇਹਦੇ ਦੀ ਚਲ ਜਾ ਇੱਥੋਂ ਗਾਂ ਜਾ ਦੇ ਚਲ ਜਾ ਤੁਹਾਨੂੰ ਵੀ ਦੇਖ ਲਈ ਨਹੀਂ ਹੋਣੀ ਤੁਹਾਨੂੰ ਮੁਸ਼ਕਰੀਆਂ ਕਰਦੇ ਆ ਮਾਂ ਪਿਓ ਦੇ ਨਾਲ ਕੰਜਰੋ ਦੇਖ ਉਹ ਪੈਸੇ ਮੰਗੇ ਤੇ ਕਹਿੰਦਾ ਮੈਂ ਮੇਰੇ ਕੋਲ ਹੈ ਹੀ ਨਹੀਂ ਮੈਨੂੰ ਹਜੇ 5000 ਦੇ ਦਿਓ ਕਦੀ ਇਹਦਾ 500 ਦੇ ਦਿਓ ਲੈ ਲੈ ਇਹਨਾਂ ਕੋ ਇਹਨਾਂ ਵੀ ਜੰਮ ਕੇ ਰੰਗ ਹੀ ਲਾਏ ਆ